ਸਾਰਿਆਂ ਦੇ ਸਹਿਯੋਗ ਨਾਲ ਘਨਸ਼ਾਵਾਂ ਪ੍ਰਫੁੱਲਿਤ ਹੋ ਰਿਹਾ ਵਾ। ਜੋ ਇਹ ਅਵਾਰਡ ਸਤਿਕਾਰਯੋਗ ਡਾਕਟਰ ਸਾਹਿਬ ਨੂੰ ਦਿੱਤਾ ਜਾ ਰਿਹਾ ਹੈ, ਉਹਨਾਂ ਬਾਰੇ ਕੁਝ ਸੰਖੇਪ ਜਿਹਾ ਉਹਨਾਂ ਦੀ ਜੀਵਨੀ ਬਾਰੇ ਜਾਣਕਾਰੀ ਬਹੁਤ ਸੰਖੇਪ ਉਹ ਮੈਂ ਪੇਸ਼ ਕਰ ਦਿੱਤੀ। ਇਹਨਾਂ ਦੇ ਪਿਤਾ ਜੀ ਸਰਦਾਰ ਮਹਤਾਬ ਸਿੰਘ ਜੀ, ਮਾਤਾ ਜੀ ਰਾਮ ਕੌਰ, ਜਨਮ ਸਥਾਨ ਦਾ ਪਿੰਡ ਸੋਢੀ ਨਗਰ ਜ਼ਿਲ੍ਹਾ ਫਿਰੋਜ਼ਪੁਰ, 16/4/1959 ਨੂੰ ਇਹਨਾਂ ਦਾ ਜਨਮ ਹੋਇਆ। ਭੈਣ ਭਰਾ 6 ਭਰਾ ਅਤੇ 3 ਭੈਣਾਂ ਇਹਨਾਂ ਦੀਆਂ। ਮੁੱਢਲੀ ਵਿੱਦਿਆ 10ਵੀਂ ਤੱਕ ਇਹਨਾਂ ਨੇ ਪਿੰਡ ਸੋਢੀ ਨਗਰ ਤੋਂ ਕੀਤੀ। ਗ੍ਰੈਜੂਏਸ਼ਨ ਇਹਨਾਂ ਦੀ RSD ਕਾਲਜ ਫਿਰੋਜ਼ਪੁਰ ਤੋਂ, ਪੋਸਟ ਗ੍ਰੈਜੂਏਸ਼ਨ ਇਹਨਾਂ ਨੇ MA ਇੰਗਲਿਸ਼ ਸਰਕਾਰੀ ਕਾਲਜ ਲੁਧਿਆਣਾ ਤੋਂ, MA ਧਰਮ ਅਧਿਐਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, PhD ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਆਰਮੀ ਦੇ ਵਿੱਚ 35 ਸਾਲ ਇਹਨਾਂ ਨੇ ਸਰਵਿਸ ਕੀਤੀ। ਰਿਟਾਇਰਡ ਕਲਾਸ 1 ਆਰਮੀ ਸਿਵਲੀਅਨ ਅਫਸਰ ਦੇ ਤੌਰ ਤੇ ਇਹ ਰਿਟਾਇਰਮੈਂਟ ਹੋਈ ਇਹਨਾਂ ਦੀ। ਇਹਨਾਂ ਦੇ ਅਰਧ ਸਰੀਰੀ ਇਹਨਾਂ ਦੇ ਸੁਪਤਨੀ ਉਹ ਗੁਰਪੁਰ ਵਾਸੀ ਦਲਬੀਰ ਕੌਰ ਜੀ, ਡਾਕਟਰ ਜਗਦੀਸ਼ ਕੌਰ ਕੁਰਕਸ਼ੇਤਰ, ਅਤੇ ਇਹਨਾਂ ਦੇ ਆ ਗੁਰਪੁਰ ਵਾਸੀ ਪਰਮਜੀਤ ਸਿੰਘ ਦੀਪ, ਗੁਰਪੁਰ ਵਾਸੀ ਭੁਪਿੰਦਰ ਸਿੰਘ, ਬੇਟੀ ਬਲਜੀਤ ਕੌਰ, ਚੀਫ ਮੈਨੇਜਰ HDFC ਲਾਈਫ। ਸਾਹਿਤਕ ਖੇਤਰ ਜਿਹੜਾ ਉਹਦੇ ਵਿੱਚ 1977 ਦੇ ਵਿੱਚ ਹੈ। ਰਾਹ ਦਸੇਰੇ ਇਹਨਾਂ ਦੇ ਸੀ ਗਿਆਨੀ ਰਾਮ ਨਾਰਾਇਣ ਸਿੰਘ ਦੀ ਦਰਦੀ। ਇਹਨਾਂ ਨੇ ਕੋਈ 10 ਪੁਸਤਕਾਂ ਲਿਖੀਆਂ, ਤਮਗੇ ਇਹਨਾਂ ਨੂੰ ਅਣਗਿਣਤ ਮਿਲੇ ਹੈ।
ਪੁਸਤਕਾਂ, ਪਹਿਲੀ ਪੁਸਤਕ ਇਹਨਾਂ ਦੀ 1995 ਦੇ ਵਿੱਚ ਆਈ, ਵਿਰਸੇ ਦੇ ਅੰਗ ਸੰਗ ਕਵਿਤਾਵਾਂ ਦੀ ਪੁਸਤਕ ਸੀ। ਦੂਸਰਾ ਐਡੀਸ਼ਨ ਇਹਨਾਂ ਦਾ 2011 ਦੇ ਵਿੱਚ ਫਿਰ ਆਇਆ। ਦੂਸਰੀ ਪੁਸਤਕ ਧਰਮ ਦਾ ਜੈਕਾਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, 1997 ਦੇ ਵਿੱਚ ਆਈ, ਜਿਹਦੇ ਵਿੱਚ 25 ਸਾਲ ਦਾ ਇਤਿਹਾਸ ਸੀ 1972 ਤੋਂ ਲੈ ਕੇ 1997 ਤੱਕ। ਤੀਸਰੀ ਕਿਤਾਬ ਇਹਨਾਂ ਦੀ ਲਹੂ ਭਿੱਜੇ ਇਤਿਹਾਸ ਦੇ ਪੰਨੇ ਕਾਵਿ ਸੰਗ੍ਰਹਿ ਸੀਗਾ, 1999 ਦੇ ਵਿੱਚ ਆਏ। 21ਵੀਂ ਸਦੀ ਵਿੱਚ ਧਰਮ ਰਿਸਰਚ ਪੇਪਰ ਨੂੰ ਦਰਪੇਸ਼ ਚੁਣੌਤੀਆਂ, ਇਹ 2000 ਦੇ ਵਿੱਚ ਇਹਨਾਂ ਦਾ ਥੀਸਿਸ ਸੀ। ਡਾਕਟਰ ਸੰਤੋਖ ਸਿੰਘ ਦੇ ਰਚੇ ਸਾਹਿਤ ਦਾ ਥੀਸਿਸ ਇਹਨਾਂ ਨੇ ਆਲੋਚਨਾਤਮਕ ਅਧਿਐਨ PhD ਲਈ ਜਿਹੜਾ ਸੀ 2005 ਦੇ ਵਿੱਚ। ਸਿਦਕ ਦੇ ਪੈਂਡੇ ਕਵਿਤਾਵਾਂ 2007 ਦੇ ਵਿੱਚ ਇਹਨਾਂ ਦਾ ਕਾਵਿ ਸੰਗ੍ਰਹਿ ਆਇਆ। ਸੋਵੀਨਰ ਸਪ ਸਰਿੰਗ ਅੰਤਰਰਾਸ਼ਟਰੀ ਕਵੀ ਸਭਾ ਵੱਲੋਂ 5ਵੇਂ ਸਰਦਾਰ ਪ੍ਰੀਤਮ ਸਿੰਘ ਕਾਸਤ ਯਾਦਗਾਰੀ ਅਵਾਰਡ ਮੌਕੇ ਰਿਲੀਜ਼ ਹੋਇਆ 2014 ਦੇ ਵਿੱਚ। ਸੋਵੀਨਰ ਗੋਬਿੰਦ ਸਿੰਘ ਜੀ ਸਟੱਡੀ ਸਰਕਲ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇਹ ਰਿਲੀਜ਼ ਕੀਤਾ ਨੇ 2017 ਦੇ ਵਿੱਚ। ਗੁਰੂ ਨਾਨਕ ਦਾ ਪੰਥ ਨਿਰਾਲਾ ਕਵਿਤਾਵਾਂ 2019 ਦੇ ਵਿੱਚ ਆਈਆਂ ਗਈਆਂ, ਅਤੇ 10ਵੀਂ ਪੁਸਤਕ ਇਹਨਾਂ ਦੀ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ 50 ਸਾਲਾਂ ਦਾ ਇਤਿਹਾਸ 2023 ਦੇ ਵਿੱਚ ਹੈ। ਸੋ ਪਰਮਾਤਮਾ ਇਹਨਾਂ ਨੂੰ ਹੋਰ ਤਰੱਕੀ ਦੇਵੇ, ਜਿਹੜਾ ਵਾ ਸਾਹਿਤ ਦੇ ਖੇਤਰ ਦੇ ਵਿੱਚ ਇਹਨਾਂ ਦਾ ਇਹਨਾਂ ਦੀ ਬਹੁਤ ਸਾਰੀ ਬਹੁਤ ਵੱਡੀ ਦੇਣ ਹੈ, ਅਤੇ ਅਸੀਂ ਲੰਮੀ ਉਮਰ ਦੀ ਦੁਆ ਕਰਦੇ ਹਾਂ ਅਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ ਇਹ ਜੋ ਇਹਨਾਂ ਨੂੰ ਅੱਜ ਸਨਮਾਨ ਕੀਤਾ ਜਾਏ। ਮਿਹਰਬਾਨੀ, ਧੰਨਵਾਦ। ਆਪਣਾ ਨਾਂ ਰੋਸ਼ਨ ਕੀਤਾ ਸੀ ਆਪਣੀ ਤਲਵਾਰ ਰਾਹੀਂ, ਆਪਣੇ ਉਹ ਜੋਸ਼ ਰਾਹੀਂ, ਹੋਸ਼ ਰਾਹੀਂ, ਅਤੇ ਉਸੇ ਤਰ੍ਹਾਂ ਹੀ ਸਰਦਾਰ ਹਰੀ ਸਿੰਘ ਹੋਣਾ ਨੇ ਇਹ ਰਚਨਾਵਾਂ ਨੂੰ ਅੱਗੇ ਪਹੁੰਚਿਆ, ਜੋ ਕਿਤਾਬਾਂ ਲਿਖੀਆਂ, ਲਿਖ ਲੈਣਾ ਬੈਠ ਕੇ ਅੰਦਰ, ਉਹ ਹੋਰ ਗੱਲ ਹੁੰਦੀ ਹੈ ਜਿਹੜੀ ਆਪਣੀ ਆਵਾਜ਼ ਦੇ ਰਾਹੀਂ ਇਹਨਾਂ ਰਚਨਾਵਾਂ ਨੂੰ ਅੱਗੇ ਵਧਾਉਣ ਵਾਸਤੇ ਜੋ ਜੋਸ਼ ਨਾਲ, ਮੈਂ ਸਮਝਦਾ ਕਿ ਬੋਲਣਾ ਵੀ ਹੋਰ, ਜਿਹੜੇ ਜੋਸ਼ ਨਾਲ ਇੱਕ ਇੱਕ ਚੀਜ਼ ਨੂੰ ਇਹਨਾਂ ਨੇ ਆਪਣੇ ਕੋਲ ਰੱਖਿਆ, ਇਹ ਵੀ ਇੱਕ ਸ਼ਲਾਘਾਯੋਗ ਹੈ। ਅਤੇ ਵਾਕਿਆ ਹੀ ਸਰਦਾਰ ਹਰੀ ਸਿੰਘ ਜੀ ਜਾਜਕ ਇੱਕ ਵਧੀਆ ਲੇਖਕ, ਇੱਕ ਬੁਲਾਰੇ, ਅਤੇ ਸਿਹਤ ਸਭਾ ਨੂੰ ਅੱਗੇ ਲਿਜਾਉਣ ਵਾਸਤੇ ਬਹੁਤ ਵੱਡਾ ਉਪਰਾਲਾ ਸਾਰੀਆਂ ਮੇਰੀਆਂ ਭੈਣਾਂ ਦਾ, ਜੋ ਹਰ ਵਾਰ ਜਦੋਂ ਦੇਖੀਦਾ ਆਉਂਦੇ ਹਨ, ਸਾਰੇ ਹੀ ਜਿੰਨੇ ਕਵੀ ਸਾਹਿਬ ਆਉਂਦੇ ਸਾਰਿਆਂ ਦਾ ਧੰਨਵਾਦ ਗੁਰੂ ਤੇਗ ਬਹਾਦਰ ਸਾਹਿਬ ਦੀ ਇਸ ਨਗਰੀ 'ਤੇ ਸਾਰੇ ਆਉਣ ਦਾ, ਸਰਦਾਰ ਹਰੀ ਸਿੰਘ ਹੋਣਾ ਦਾ, ਜਾਜਕ ਸਾਹਿਬ ਦਾ, ਅਤੇ ਸੁੱਚੇ ਲੋਕਲ ਸਾਰੇ ਕਵੀਆਂ ਦਾ ਮੈਂ ਧੰਨਵਾਦ ਕਰਦਾ ਹਾਂ, ਜੀਆਂ ਆਖਦਾ। ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਹੋਣ ਨਾਤੇ ਸਾਡੇ ਮਹਿੰਦਰ ਸਾਹਿਬ ਗੁਰਦੁਆਰਾ ਸਾਹਿਬ ਦੇ ਆਏ ਸਰਦਾਰ ਗੁਰਿੰਦਰ ਸਿੰਘ ਜੀ ਦੇਵਦਾਸਪੁਰਾ, ਉਹਨਾਂ ਵੱਲੋਂ ਵੀ ਮੈਂ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਇੱਥੇ ਜੀਆਂ ਆਖਦਾ, ਧੰਨਵਾਦ ਕਰਦਾ। ਸਿਵੀਆ ਅਤੇ ਬਹੁਤ ਹੀ ਸਤਿਕਾਰਯੋਗ ਡਾਕਟਰ ਹਰੀ ਸਿੰਘ ਜਾਜਕ ਜੀ, ਸਰਦਾਰ ਬਲਜੀਤ ਸਿੰਘ, ਜਲਾਲ ਪੁਸ਼ਪਾ ਜੀ, ਔਰ ਪ੍ਰਧਾਨਗੀ ਮੰਡਲ ਦੇ ਵਿੱਚ ਸਾਰੀਆਂ ਸਨਮਾਨਯੋਗ ਹਸਤੀਆਂ, ਵਿਦਵਾਨ ਜਿਹੜੇ ਸਾਡੇ ਸਾਹਿਤਕਾਰ ਸ਼ਾਇਰ ਆਏ ਨੇ। ਸਭ ਤੋਂ ਪਹਿਲਾਂ ਮੈਂ ਮੁਬਾਰਕਬਾਦ ਦਿੰਦਾ ਕਿ ਇੱਕ ਖਾਸ ਕਰਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਕਿ ਇੱਕ ਨਾਮੀ ਹਸਤੀ ਪੰਜਾਬੀ ਜਗਤ ਦੀ ਡਾਕਟਰ ਹਰੀ ਸਿੰਘ ਜਾਜਕ ਜੀ ਨੇ ਜਿਹੜੀ ਸਨਮਾਨ ਦੀ ਚੋਣ ਕੀਤੀ ਹੈ, ਇਹ ਬਹੁਤ ਅੱਛੀ ਹੈਗੀ ਹੈ। ਪੰਜਾਬ ਵੱਲੋਂ ਇਸ ਗੱਲ ਦੀ ਮੈਂ ਵਧਾਈ ਦਿੰਦਾ।
ਕਿਉਂਕਿ ਜਦੋਂ ਸੁਣਿਆ ਤੇ ਮੈਨੂੰ ਤੇ ਇੰਝ ਲੱਗਦਾ ਵੀ ਮੇਰਾ ਇੱਥੇ ਆਉਣਾ ਸਫਲ ਹੋਇਆ। ਸ਼ਾਇਰ ਦੀ ਰਚਨਾ ਉਹ ਮਹਾਨ ਬਣ ਜਾਂਦੀ ਹੈ ਜਿਹੜੀ ਧੁਰ ਤੱਕ ਅਸਰ ਕਰਦੀ ਹੈ, ਸਮਾਜ ਲਈ ਕੁਝ ਕਰਨ ਦੇ ਲਈ ਸਾਨੂੰ ਤੋਰਦੀ ਹੈ। ਸੋ ਇਹ ਸਤਿਗੁਰਾਂ ਦੀ ਪ੍ਰਾਪਤੀ ਹੈ ਤੇ ਤੁਹਾਨੂੰ ਸੁਣ ਕੇ ਤੇ ਮੈਂ ਨਾ ਕਿ ਦਿਲ ਕਰਦਾ ਵਾਰ ਵਾਰ ਸੁਣਿਆ ਕਰਾਂਗੇ ਤੁਹਾਨੂੰ। ਸੋ ਤੁਹਾਡਾ ਸਭ ਦਾ ਹੀ ਬਹੁਤ ਬਹੁਤ ਧੰਨਵਾਦ। ਭਾਵੇਂ ਮੇਰਾ ਪਿੰਡ ਕਿਉਂਕਿ ਬੁੱਟ ਰਿਹਾ ਤੇ ਬਾਬੇ ਬਕਾਲੇ ਦੀ ਧਰਤੀ ਨਾਲ ਬਹੁਤ ਸਨੇਹ ਹੈ ਤੇ ਇੱਥੇ ਹੀ ਅਸੀਂ ਰੱਖੜ ਪੁੰਨਿਆ ਦੇ ਮੇਲੇ ਤੇ ਸਿਆਸੀ ਆਗੂ ਨੂੰ ਸੁਣਦੇ ਰਹੇ ਹਾਂ। ਮੈਨੂੰ ਬਹੁਤ ਦੇਰ ਬਾਅਦ ਜਥੇਦਾਰ ਗੁਰਚਰਨ ਸਿੰਘ ਪਹੁੰਚਣ ਤੋਂ ਬਾਅਦ ਕੋਈ ਪੰਥਕ ਆਗੂ ਇੰਨੀ ਸੂਝ ਭਰੀ ਸਪੀਚ ਕਰਦਾ ਅੱਜ ਸੁਣਿਆ। ਸਨਮਾਨ ਦਿੱਤੇ ਜਾ ਰਹੇ ਆ ਕਿਉਂਕਿ ਵੱਡੇ ਲੋਕ ਸੀਗੇ, ਉਹਨਾਂ ਨੂੰ ਪਤਾ ਸੀਗਾ ਕਿ ਜਿਹੜਾ ਰੁੱਖ ਬਾਬੇ ਬਕਾਲੇ ਸਾਹਿਬ ਦੀ ਇਸ ਧਰਤੀ ਦੇ ਉੱਤੇ ਮਾਝੇ ਦੇ ਵਿੱਚ ਅਸੀਂ ਲਾ ਕੇ ਚੱਲੇ ਹਾਂ, ਇਹਨੇ ਇੰਨਾ ਵੱਡਾ ਹੋਣਾ ਵਾ ਕਿ ਇਹਦੀ ਸੰਘਣੀ ਛਾਂ ਦੇ ਥੱਲੇ ਆਣ ਕੇ ਜਿਹੜਾ ਉਹ ਸਮੁੱਚੇ ਪੰਜਾਬ ਦੇ ਜਿਹੜੇ ਸਾਹਿਤਕਾਰ ਉਹ ਵੀ ਸੰਸਕਾਰ। ਮੈਂ ਜੱਜ ਸਾਹਿਬ ਨੂੰ ਮੁਬਾਰਕਬਾਦ ਦਿੰਦੇ ਹਾਂ ਕਿਉਂਕਿ ਜਿਹੜੇ ਸਨਮਾਨ ਹੁੰਦੇ ਆ, ਕਿਉਂਕਿ ਮੀਡੀਆ ਦਾ ਯੁੱਗ ਆ ਗਿਆ, ਸੋਸ਼ਲ ਮੀਡੀਆ ਦਾ ਯੁੱਗ ਆ ਗਿਆ। ਮੈਨੂੰ ਐਂ ਲੱਗਦਾ ਕਿ ਜਿੱਦਾਂ ਖਰਚੀਆਂ ਅੰਗਰੇਜ਼ਾਂ ਬਾਕੀ ਸਾਹਮਣੇ ਬੈਠੇ ਆ, ਇਹ ਦੇਸ਼ਾਂ ਵਿਦੇਸ਼ਾਂ 'ਚ ਸਾਨੂੰ ਇੱਥੋਂ ਇਹਨਾਂ ਨੇ ਬੈਠਿਆਂ ਬੈਠਿਆਂ ਲੋਕਾਂ ਨੇ ਵੇਖ ਲਿਆ। ਲੇਕਿਨ ਮੈਨੂੰ ਐਂ ਲੱਗਦਾ ਹੈ ਕਿ ਜਦੋਂ ਇਹੋ ਜਿਹੇ ਵੱਡੇ ਸਨਮਾਨ, ਵੱਡੇ ਲੋਕਾਂ ਦੇ ਨਾਮ 'ਤੇ ਸਨਮਾਨ, ਚੰਗੇ ਲੋਕਾਂ ਦੀ ਹਾਜ਼ਰੀ 'ਚ ਸਨਮਾਨ ਸਾਨੂੰ ਮਿਲਦੇ ਆ, ਤਾਂ ਸਾਡੀ ਕੋਈ ਜ਼ਿੰਮੇਵਾਰੀ ਆ ਜਾਂਦੀ। ਸਾਨੂੰ ਇੱਕ ਕੰਮ ਹੋਰ ਸੁਸਰੇ ਤਰੀਕੇ ਦੇ ਨਾਲ, ਨਿਰਪੱਖ ਤਰੀਕੇ ਦੇ ਨਾਲ ਜਿਹੜਾ ਉਹ ਕਰਨ ਦੀਆਂ ਜ਼ਿੰਮੇਵਾਰੀਆਂ ਵੱਧਦੀਆਂ। ਮੈਂ ਇਸ ਆਸ ਦੇ ਨਾਲ ਕਿ ਜੇ ਬਾਪੂ ਠੋੜਾ ਹੋਰਾਂ ਦੇ ਉਸ ਨਾਮ ਦੇ ਉੱਤੋਂ ਜੇ ਸਨਮਾਨ ਮਿਲਦਾ ਤੇ ਅਸੀਂ ਸਮਝਦੇ ਹਾਂ ਕਿ ਕੋਈ ਤੁਹਾਡੇ 'ਚ ਕਾਬਲੀਅਤ ਦੇਖ ਕੇ ਜਿਹੜੀ ਹੈ ਇਹ ਪ੍ਰਬੰਧਕਾਂ ਨੇ ਅਤੇ ਤੁਹਾਡੀ ਚੋਣ ਕੀਤੀ ਹੈ, ਅਤੇ ਅਸੀਂ ਇਸ ਆਸ ਦੇ ਨਾਲ ਕਿ ਇਹ ਚੋਣ ਬਹੁਤ ਵਧੀਆ ਰਹੇਗੀ ਅਤੇ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਗਲਪ ਦੇ ਵਿੱਚ, ਪੰਜਾਬੀ ਕਵਿਤਾ ਦੇ ਵਿੱਚ, ਜਿੱਥੇ ਧਾਰਮਿਕ ਤੌਰ ਦੇ ਉੱਤੇ ਪੰਜਾਬ ਦੇ ਲਈ ਜਿੱਥੇ ਜਿੱਥੇ ਵੀ ਧਾਰਮਿਕ ਸਥਾਨ ਹੈ ਉੱਥੇ ਜਾ ਕੇ ਜੇ ਤੁਸੀਂ ਪੰਜਾਬੀ ਲੋਕਾਂ ਦੀ ਅਗਵਾਈ ਕਰਦੇ ਹੋ ਤਾਂ ਅਸੀਂ ਇਹ ਵੀ ਆਸ ਰੱਖਾਂਗੇ। ਅੱਜ ਸੋਸ਼ਲ ਮੀਡੀਆ ਦੇ ਯੁੱਗ ਆ, ਸੋਸ਼ਲ ਮੀਡੀਆ ਦਾ ਕੋਈ ਵੀ ਪੱਖ, ਚਾਹੇ ਉਹ ਵਟਸਐਪ ਆ, ਚਾਹੇ ਫੇਸਬੁੱਕ ਆ, ਚਾਹੇ ਟਵਿੱਟਰ ਆ, ਜਾਂ ਕੋਈ ਹੋਰ ਹੈ, ਕਿਸੇ ਵੀ ਰੂਪ ਦੇ ਵਿੱਚ ਸੋਸ਼ਲ ਮੀਡੀਆ ਕੰਮ ਕਰ ਰਿਹਾ ਤੇ ਹਰ ਪੱਖ ਦੇ ਉੱਤੇ ਕਿਤਿਓਂ ਵੀ ਇਹਨਾਂ ਦੀ ਕਵਿਤਾ ਜਿਹੜੀ ਆ ਕਿਸੇ ਵੀ ਵਿਸ਼ੇ ਤੇ ਕਿਸੇ ਵੇਲੇ ਵੀ ਲੱਭੀ ਜਾ ਸਕਦੀ। ਪਰ ਜਾਚਕ ਜਾਹ ਸਾਹਿਬ ਦੀ ਇਹ ਵਿਲੱਖਣਤਾ, ਮੈਨੂੰ ਲੱਗਦਾ ਭਈ ਕਈ ਵਾਰ ਇਹ ਸ਼ਾਇਦ ਰਾਤ ਨੂੰ ਵੀ ਨਹੀਂ ਸੌਂਦੇ, ਇੰਨੀ ਮਿਹਨਤ ਤੇ ਕਰਦੇ ਨੇ ਕਿ ਹਰ ਪੋਸਟ ਜਿਹੜੀ ਆਪਣੀ ਉਹ ਸੋਸ਼ਲ ਮੀਡੀਆ ਦੇ ਉੱਤੇ, ਸੋਸ਼ਲ ਮੀਡੀਆ ਦੇ ਹਰ ਖੇਤਰ ਦੇ ਵਿੱਚ ਇਹ ਜਿਹੜੀ ਆ ਉਹ ਵਾਇਰਲ ਕਰਦੇ। ਮੈਂ ਵਧਾਈ ਦਿੰਦਾ ਡਾਕਟਰ ਹਰੀ ਸਿੰਘ ਜਾਚਕ ਜੀ ਨੂੰ, ਜਿਨ੍ਹਾਂ ਨੂੰ ਇਹ ਮਹਾਨ ਅਵਾਰਡ ਸਰਦਾਰ ਪ੍ਰਿਥੀ ਸਿੰਘ ਅਠੌੜਾ ਯਾਦਗਾਰੀ ਅਵਾਰਡ ਰਾਜਨ ਸਾਹਿਬ ਦੇ ਰਹੇ ਨੇ। ਬਹੁਤ ਬਹੁਤ ਮੁਬਾਰਕਾਂ ਡਾਕਟਰ ਹਰੀ ਸਿੰਘ ਜਾਚਕ ਜੀ ਨੂੰ। ਜਗਦੀਪ ਨੇ ਫਿਰ ਆ ਜ਼ਿੰਦਗੀ ਵਿੱਚ ਜਾਚਕ ਨੂੰ ਰੁਸ਼ਨਾਇਆ, ਕੈਸਾ ਬਿਰਹਾ ਦੇ ਕੇ ਵੇਖੋ ਕੈਸਾ ਸੱਜਣ ਮਿਲਾਇਆ, ਮੈਨੂੰ ਰੱਬਾ ਸਮਝ ਨਾ ਆਵੇ ਤੇਰਾ ਖੇਲ ਰਚਾਇਆ, ਜਾਚਕ ਪੂਰਨ ਮਾਸ਼ੀ ਦਾ ਚੰਨ ਚਾਨਣ ਵੰਡਣ ਆਇਆ।
ਚਲੇ ਗਏ ਜਦ ਪਾਪਾ ਮੇਰੇ ਡਾਢਾ ਦੁੱਖ ਮੈਂ ਜਰਿਆ ਪਰ ਜਾਚਕ ਜੀ ਨੇ ਪਾਪਾ ਵਾਂਗੂ ਹੱਥ ਮੇਰੇ ਸਿਰ ਧਰਿਆ ਜਾਚਕ ਜੀ ਦੀ ਮੇਰੇ ਸਿਰ ਤੇ ਪਾਪਾ ਵਰਗੀ ਛਾਇਆ ਜਾਚਕ ਪੂਰਨ ਮਾਸ਼ੀ ਦਾ ਚੰਨ ਚਾਨਣ ਵੰਡਣ ਆਇਆ ਦੀਪ ਲੁਧਿਆਣਵੀ ਕਰੇ ਬੇਨਤੀ ਸੱਚੇ ਸਤਿਗੁਰ ਅੱਗੇ ਜਾਚਕ ਜੀ ਨੂੰ ਕਦੇ ਵੀ ਕਿਤੇ ਤੱਤੀ ਵਾਹ ਨਾ ਲੱਗੇ ਵੱਧਦਾ ਫੁੱਲਦਾ ਰਹੇ ਸਦਾ ਹੀ ਇਹ ਕੌਮੀ ਸਰਮਾਇਆ ਜਾਚਕ ਪੂਰਨ ਮਾਸ਼ੀ ਦਾ ਚੰਨ ਚਾਨਣ ਵੰਡਣ ਆਇਆ ਜਾਚਕ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਸਰਦਾਰ ਸ਼ਲਿੰਦਰਜੀਤ ਸਿੰਘ ਜੀ ਰਾਜਨ ਜਿਨ੍ਹਾਂ ਨੇ ਆਪਣੇ ਬਹੁਤ ਹੀ ਸਤਿਕਾਰ ਪਿਤਾ ਸਰਦਾਰ ਪ੍ਰਿਤੀਪਾਲ ਸਿੰਘ ਅਠਾਲਾ ਜੀ ਦੀ ਯਾਦ ਦੇ ਵਿੱਚ ਇਹ ਜੋ ਮਹਾਨ ਸਮਾਗਮ ਰੱਖੇ ਨੇ ਅਤੇ ਉਹਨਾਂ ਨੂੰ ਯਾਦ ਕਰ ਰਹੇ ਆਪਣੇ ਬਜ਼ੁਰਗਾਂ ਨੂੰ ਰਾਜ ਕਰਨਾ ਸਭ ਤੋਂ ਯਾਦ ਕਰਨਾ ਸਭ ਤੋਂ ਵੱਡੀ ਗੱਲ ਹੈ ਤੋ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਆਓ ਮੈਂ ਕੁਝ ਲਾਈਨਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਿਹਾ ਇੱਕ ਬੇਨਤੀ ਪ੍ਰਵਾਨ ਕਰ ਲਿਓ ਜਥੇਦਾਰ ਸਾਹਿਬ ਸਾਡੇ ਕੋਲ ਸੱਜੇ ਬੈਠੇ ਨੇ ਜਿੱਥੇ ਜੈਕਾਰਾ ਛੱਡਣ ਨੂੰ ਦਿਲ ਕਰੇ ਉੱਥੇ ਬਿਲਕੁਲ ਸੰਗਣਾ ਸ਼ਰਮਾਉਣਾ ਨਹੀਂ ਮੈਨੂੰ ਪੂਰਾ ਪਤਾ ਲੱਗ ਗਿਆ ਵੀ ਕੋਈ ਬੈਨ ਨਹੀਂ ਲੱਗਾ ਹੋਇਆ ਚੜ੍ਹਦੀ ਕਲਾ ਦੇ ਜਕਾਰੇ ਚੜ੍ਹਦੀ ਕਲਾ ਦੇ ਹੁੰਗਾਰੇ ਕਵੀ ਦਰਬਾਰਾਂ ਦੀ ਜਿੰਦ ਜਨ ਹੋਇਆ ਕਰਦੇ ਨੇ ਜਿੱਥੇ ਤਾੜੀਆਂ ਮਾਰਨੀਆਂ ਤਾੜੀਆਂ ਵੀ ਇਹ ਨੀ ਵੀ ਠੰਡ ਹੈਗੀ ਤੇ ਪਤਾ ਹੀ ਨੀ ਲੱਗੇ ਵੀ ਤਾੜੀ ਵੱਜ ਰਹੀ ਆ ਤਾੜੀ ਦਾ ਵੀ ਪਤਾ ਲੱਗੇ ਹਾਲ ਗੁੰਜੇ ਜਹਿਦਰ ਸਾਹਿਬ ਇੱਕ ਗੱਲ ਕਰ ਰਿਹਾ ਗੱਜ ਕੇ ਫਤਿਹ ਬੁਲਾਇਓ ਢਿੱਲੀ ਜੀ ਨੀ ਵਾਹਿਗੁਰੂ ਜੀ ਕਾ ਨਾਲ ਸਜੇ ਬੈਠੇ ਨੇ ਕਿ ਜਿਹਨੂੰ ਸਤਿਕਾਰ ਦੇ ਨਾਲ ਸੱਦਿਆ ਜਿਹਨੂੰ ਮੈਨੇਜਰ ਸਾਹਿਬ ਤੁਸੀਂ ਬੜਾ ਵਧੀਆ ਮੈਨੇਜ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹਨੂੰ ਸਤਿਕਾਰ ਦੇ ਨਾਲ ਸੱਦਿਆ ਉਹ ਸਭ ਪੰਤਵੰਤੇ ਸਹਿਬਾਨ ਪਹੁੰਚੇ ਜਿਹਨੂੰ ਸਤਿਕਾਰ ਦੇ ਨਾਲ ਸੱਜਿਆ ਉਹ ਸਭ ਪਤਵੰਤੇ ਸਹਿਬਾਨ ਪਹੁੰਚੇ ਬਾਬਾ ਮੱਖਣ ਸ਼ਾਹ ਲਵਾਣਾ ਸਰਾਂ ਅੰਦਰ ਆ ਕਲਮਕਾਰ ਨੇ ਸਾਰੇ ਮਹਾਨ ਪਹੁੰਚੇ ਜ਼ਿਲ੍ਹਾ ਭਾਸ਼ਾ ਅਫਸਰ ਅੰਮ੍ਰਿਤਸਰ ਸਾਹਿਬ ਇੱਥੇ ਕਲਸੀ ਸਾਹਿਬ ਨੇ ਮੁੱਖ ਮਹਿਮਾਨ ਪਹੁੰਚੇ ਇਹਨਾਂ ਦੀ ਤਾੜੀ ਲਾ ਦਿਓ ਇੱਕ ਜੀ ਜ਼ਿਲ੍ਹਾ ਭਾਸ਼ਾ ਅਫਸਰ ਅੰਮ੍ਰਿਤਸਰ ਸਾਹਿਬ ਇੱਥੇ ਕਲਸੀ ਸਾਹਿਬ ਨੇ ਮੁੱਖ ਮਹਿਮਾਨ ਪਹੁੰਚੇ ਆ ਡਾਕਟਰ ਗੁਰਪਾਲ ਸਿੰਘ ਬੁੱਟਰ ਸਾਹਿਬ ਜੀ ਵੀ ਸਾਡੇ ਕੋਲ ਵਿਸ਼ੇਸ਼ ਮਹਿਮਾਨ ਪਹੁੰਚੇ ਪ੍ਰਧਾਨਗੀ ਮੰਡਲ ਦੀ ਸੋਭਾ ਵਧਾਉਣ ਦੇ ਲਈ ਜਿੱਥੇ ਸੰਤੋਖ ਸਿੰਘ ਜੀ ਆਸਟ੍ਰੇਲੀਆ ਤੋਂ ਆਏ ਨੇ ਸਾਡੇ ਕੋਲ ਪ੍ਰਧਾਨਗੀ ਮੰਡਲ ਦੀ ਸੋਭਾ ਵਧਾਉਣ ਦੇ ਲਈ ਦੀਪ ਦਵਿੰਦਰ ਦੇ ਨਾਲ ਵਿਦਵਾਨ ਪਹੁੰਚੇ ਮਾਂ ਬੋਲੀ ਦੀ ਉਸਤਤ ਕਰਨ ਦੇ ਲਈ ਆ ਨਾਮਵਰ ਨੇ ਕਵੀ ਸਹਿਬਾਨ ਪਹੁੰਚੇ ਇਹਨਾਂ ਦੇ ਵੀ ਤਾਲੀ ਆਪੋ ਜਥੇਦਾਰ ਜਲਾਲਪੁਰਾ ਸਾਹਿਬ ਜੀ ਜਥੇਦਾਰ ਜਲਾਲ ਉਸਮਾ ਸਾਹਿਬ ਜੀ ਵੀ ਇਹ ਪੰਥ ਦੇ ਆਗੂ ਮਹਾਨ ਪਹੁੰਚੇ ਤੇ ਕਰਨ ਲਈ ਸਵਾਗਤ ਪਤਵੰਤਿਆਂ ਦਾ ਸਹਿਤ ਸਭਾ ਦੇ ਆਗੂ ਸਭਿਆਨ ਪਹੁੰਚੇ ਕਰਨ ਲਈ ਸਵਾਗਤ ਪਤਵੰਤਿਆਂ ਦਾ ਸਾਹਿਤ ਸਭਾ ਦੇ ਆਗੂ ਸਭਿਆਨ ਪਹੁੰਚੇ ਤੇ ਪੰਥਕ ਕਵੀ ਡਾਕਟਰ ਹਰੀ
ਪਹੁੰਚੇ। ਤੋ ਦਰਸ਼ਨ ਕਰਿਓ ਪੰਜਾਬੀ ਸਾਹਿਬ ਸਭਾ ਬਾਬਾ ਬਕਾਲਾ ਸਾਹਿਬ ਤਾਈ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਤਾਈ ਹੈ ਸੀ ਬਾਣੀ ਸਰਪ੍ਰਸਤ ਮਹਾਨ ਮਿਲਿਆ ਸਾਰ ਪ੍ਰਿਥੀ ਪਾਲ ਸਿੰਘ ਅਠੌਲਾ ਨਾਂ ਜਿਸਦਾ ਸਾਹਿਤ ਜਗਤ ਨੂੰ ਉਹ ਵਿਦਵਾਨ ਮਿਲਿਆ ਕੱਲਰ ਵਿੱਚ ਸੀ ਫੁੱਲ ਉਗਾਏ ਜਿਸਨੇ ਮਹਿਕਾ ਵੰਡ ਦਾ ਉਹ ਇਨਸਾਨ ਮਿਲਿਆ ਤੇ ਅੱਜ ਉਹਨਾਂ ਦੀ ਪਾਵਨ ਯਾਦ ਅੰਦਰ ਜਾਚਕ ਤਾਈ ਹੈ ਮਾਨ ਸਨਮਾਨ ਮਿਲਿਆ ਜਾਚਕ ਤਾਈ ਹੈ ਮਾਨ ਸਨਮਾਨ ਮਿਲਿਆ। ਦਰਸ਼ਨ ਕਰਿਓ ਐਵੇਂ ਨਹੀਂ ਯਾਦਾਂ ਹੁੰਦੀਆਂ ਕੋਈ ਖਾਸ ਗੱਲਾਂ ਹੁੰਦੀਆਂ ਰਾਜਨ ਸਾਹਿਬ ਇੱਕ ਦੂਜੇ ਦੇ ਜਿਹੜੇ ਨੇ ਕੰਮ ਆਉਂਦੇ ਇੱਕ ਦੂਜੇ ਦੇ ਜਿਹੜੇ ਨੇ ਕੰਮ ਆਉਂਦੇ ਦੁਨੀਆਂ ਵਿੱਚ ਉਹ ਬੰਦੇ ਮਹਾਨ ਹੁੰਦੇ ਇੱਕ ਦੂਜੇ ਦੇ ਜਿਹੜੇ ਨੇ ਕੰਮ ਆਉਂਦੇ ਦੁਨੀਆਂ ਵਿੱਚ ਉਹ ਬੰਦੇ ਮਹਾਨ ਹੁੰਦੇ ਔਰ ਕਦਰ ਵਾਲੇ ਹੀ ਆਪਣੀ ਕਦਰ ਪਾਉਂਦੇ ਐਵੇਂ ਕਿਸੇ ਦੇ ਗੁਣ ਨਹੀਂ ਗਾਣ ਹੁੰਦੇ ਕਰਦੇ ਸਹਿਤ ਦੀ ਸੇਵਾ ਜੋ ਦਿਨ ਰਾਤੀ ਅਮਰ ਉਹ ਨੇ ਵਿੱਚ ਜਹਾਨ ਹੁੰਦੇ ਤੇ ਜਾਨ ਦੁਨੀਆਂ ਤੋਂ ਚੋਲਾ ਬੇਦਾਗ ਲਾ ਕੇ ਅਠੌਲਾ ਸਾਹਿਬ ਜੇ ਵਰਲੇ ਇਨਸਾਨ ਹੁੰਦੇ ਜਾਨ ਦੁਨੀਆਂ ਤੋਂ ਚੋਲਾ ਬੇਦਾਗ ਲੈ ਕੇ ਅਠੌਲਾ ਸਾਹਿਬ ਜੇ ਵਿਰਲੇ ਇਨਸਾਨ ਹੁੰਦੇ ਤੋ ਇਸ ਸਭਾ ਦੇ ਰਾਹੀਂ ਸਭ ਰਲ ਮਿਲ ਕੇ ਇਸ ਸਭਾ ਦੇ ਰਾਹੀਂ ਸਭ ਰਲ ਮਿਲ ਕੇ ਸੇਵਾ ਕਰ ਰਹੇ ਲੇਖਕ ਮਹਾਨ ਸਾਰੇ ਕਈ ਪ੍ਰਸਿੱਧ ਤੇ ਕਈ ਨਵੀਨ ਲੇਖਕ ਇਸ ਸਭਾ ਦੀ ਜਿੰਦ ਤੇ ਜਾਨ ਸਾਰੇ ਬਾਲ ਲੇਖਕਾਂ ਤਾਈ ਉਤਸ਼ਾਹ ਦੇ ਰਹੇ ਵਧੀਆ ਭਵਿੱਖ ਦੇ ਨੇ ਚਾਹਵਾਨ ਸਾਰੇ ਤੇ ਹਰ ਸਾਲ ਹੀ ਚੁਣ ਵਿਦਵਾਨ ਲੇਖਕ ਦਿੰਦੇ ਉਸ ਨੂੰ ਮਾਨ ਸਨਮਾਨ ਸਾਰੇ ਹਰ ਸਾਲ ਹੀ ਚੁਣ ਵਿਦਵਾਨ ਲੇਖਕ ਦਿੰਦੇ ਉਸ ਨੂੰ ਮਾਨ ਸਨਮਾਨ ਸਾਰੇ। ਜਥੇਦਾਰ ਜਲਾਲ ਉਸਮਾਨ ਸਾਹਿਬ ਇੱਕ ਬੰਦੇ ਬਾਰੇ ਮੈਂ ਗੱਲ ਕਰ ਰਿਹਾ ਉਹਦੇ ਦਰਸ਼ਨ ਕਰਿਓ ਕਿ ਸੁਗੜ ਸਿਆਣੇ ਸ਼ਲਿੰਦਰਜੀਤ ਸਿੰਘ ਰਾਜਨ ਸੁਗੜ ਸਿਆਣੇ ਸ਼ਲਿੰਦਰਜੀਤ ਸਿੰਘ ਰਾਜਨ ਲੱਗੇ ਰਹਿੰਦੇ ਨੇ ਕੰਮ ਤੇ ਕਾਰ ਅੰਦਰ ਚੌਵੀ ਘੰਟੇ ਸੇਵਾ ਲੱਗੀ ਰਹਿੰਦੀ ਹੈ। ਮੈਨੂੰ ਹੁਣ ਇੱਕ ਗੱਲ ਹੋਰ ਯਾਦ ਆ ਗਈ ਵੀ ਸੇਵਾ ਬਿਨਾਂ ਭਾਗਾਂ ਤੋਂ ਨਹੀਂ ਹੁੰਦੀ ਸੇਵਾ ਉਹ ਮਨੁੱਖ ਹੈ ਕਰ ਸਕਦਾ ਕਿਰਪਾ ਜਿਹਦੇ ਤੇ ਕਰਦਾ ਪਰਮਾਤਮਾ ਸੇਵਾ ਉਹ ਮਨੁੱਖ ਹੈ ਕਰ ਸਕਦਾ ਕਿਰਪਾ ਜਿਹਦੇ ਤੇ ਕਰਦਾ ਪਰਮਾਤਮਾ ਹੈ ਤਨ ਮਨ ਧਨ ਦੇ ਨਾਲ ਜੋ ਕਰੇ ਸੇਵਾ ਸ਼ੁੱਧ ਹੁੰਦੇ ਸਰੀਰ ਤੇ ਆਤਮਾ ਹੈ ਸੇਵਾ ਕਰਦਾ ਜੋ ਦੁਖੀ ਮਨੁੱਖਤਾ ਦੀ ਉਹਦੇ ਪਾਪਾਂ ਦਾ ਹੁੰਦਾ ਫਿਰ ਖਾਤਮਾ ਹੈ ਨਜ਼ਰੀ ਨਜ਼ਰ ਹੈ ਉਹ ਨਿਹਾਲ ਜਾਂਦਾ ਮਿਲਦੀ ਆਤਮਾ ਵਿੱਚ ਪਰਮਾਤਮਾ ਹੈ। ਸੁਗੜ ਸਿਆਲੇ ਸ਼ਲਿੰਦਰਜੀਤ ਸਿੰਘ ਰਾਜਨ ਤੇ ਲੱਗੇ ਰਹਿੰਦੇ ਨੇ ਕੰਮ ਤੇ ਕਾਰ ਅੰਦਰ ਜਜ਼ਬਾ ਸੇਵਾ ਦਾ ਠਾਠਾ ਮਾਰਦਾ ਏ
ਅਠੌਲਾ ਸਾਹਿਬ ਜੀ ਦੇ ਬਰਖਲਦਾਰ ਅੰਦਰ ਜਜ਼ਬਾ ਸੇਵਾ ਦਾ ਠਾਠਾ ਮਾਰਦਾ ਹੈ ਅਠੌਲਾ ਸਾਹਿਬ ਜੀ ਦੇ ਬਰਖਲਦਾਰ ਅੰਦਰ। ਉਹ ਇਹਦੇ ਚਿਹਰੇ ਦੀ ਰੌਣਕ ਦੱਸਦੀ ਹੈ ਖੜੀ ਰਹਿੰਦੀ ਬਸੰਤ ਬਹਾਰ ਅੰਦਰ। ਚੰਗੀ ਤਰ੍ਹਾਂ ਇਹਦੇ ਚਿਹਰੇ ਦੀ ਰੌਣਕ ਦੱਸਦੀ ਹੈ ਖੜੀ ਰਹਿੰਦੀ ਬਸੰਤ ਬਹਾਰ ਅੰਦਰ। ਤੇ ਕਵਿਤਾ ਗਜ਼ਲ ਕਹਾਣੀ ਇਹ ਰਹਿਣ ਲਿਖਦੇ ਖਜ਼ਾਨਾ ਸਾਹਿਤ ਦਾ ਹੈ ਸਾਹਿਤਕਾਰ ਅੰਦਰ। ਬਜਾਓ ਜੋਰ ਦੀ ਤਾਲੀ ਖਜ਼ਾਨਾ ਸਾਹਿਤ ਦਾ ਹੈ ਸਾਹਿਤਕਾਰ ਅੰਦਰ। ਤੇ 28 ਸਾਲਾਂ ਤੋਂ ਕਰ ਰਹੇ ਮਹਾਨ ਸੇਵਾ ਨਾਮਵਰ ਅਜੀਤ ਅਖਬਾਰ ਅੰਦਰ ਇਹ ਲਿਖਦਾ ਸਮੇਂ ਦੀ ਸਦਾ ਸਚਾਈ ਜਿਹੜਾ ਉਹ ਬੈਠਾ ਹੋਇਆ ਉਹ ਪੱਤਰਕਾਰ ਅੰਦਰ। ਇਹ ਬਾਹਰੋਂ ਦੇਖ ਲਓ ਤੁਸੀਂ ਪਰ ਅੰਦਰ ਵੀ ਕੋਈ ਬੈਠਾ ਆ ਦਰਸ਼ਨ ਕਰਿਓ। ਇਹ ਲਿਖਦਾ ਸਮੇਂ ਦੀ ਸਦਾ ਸਚਾਈ ਜਿਹੜਾ ਬੈਠਾ ਹੋਇਆ ਉਹ ਪੱਤਰਕਾਰ ਅੰਦਰ ਆ ਪੂਰੀ ਕਰਕੇ ਉਸ ਨੂੰ ਸਾਹ ਲੈਂਦੇ ਜਿਹੜੀ ਗੱਲ ਵੀ ਲੈਂਦੇ ਇਹ ਧਾਰ ਅੰਦਰ। ਤੇ ਭਾਵੇਂ ਕੱਦ ਦੇ ਥੋੜੇ ਜਿਹੇ ਨੇ ਛੋਟੇ ਪਰ ਉੱਚਾ ਕੱਦ ਹੈ ਸਾਹਿਤਕ ਸੰਸਾਰ ਅੰਦਰ। ਦੇਖ ਲੋ ਖੜੇ ਕਰਕੇ ਦਿਖਾਉਂਦਾ ਸਾਰਿਆਂ ਨੂੰ ਦੱਸ ਦਿੱਤਾ ਜੀ ਅੱਜ ਛੋਟੇ ਬੇਟੇ ਅਮਨਪ੍ਰੀਤ ਸੋਹਣਾ ਚੰਗੀ ਤਰ੍ਹਾਂ ਮੈਂ 2 ਇੰਚ ਨਿਕਲ ਆਇਆ ਲੰਮਾ ਥੋੜਾ ਭਾਵੇਂ ਕੱਦ ਦੇ ਛੋਟੇ ਪਰ ਉੱਚਾ ਕੱਦ ਹੈ ਸਾਹਿਤਕ ਸੰਸਾਰ ਅੰਦਰ। ਤੇ ਜੇ ਮੈਂ ਤੁਹਾਡੀ ਗੱਲ ਨਾ ਹੁਣ ਕੋਈ ਕੀਤੀ ਤੇ ਇਹਨਾਂ ਦੀ ਗੱਲ ਗਲਤ ਹੋ ਜਾਏਗੀ। ਹਰੀ ਸਿੰਘ ਨਾਲ ਦੀ ਨਾਲ ਹੀ ਕਵਿਤਾ ਬਣਾ ਦਿੰਦਾ। ਤੁਹਾਡੀ ਗੱਲ ਸੁਣ ਲਓ ਕਿ ਚੜ੍ਹਦੀ ਕਲਾ ਨਾਲ ਕਵੀ ਦਰਬਾਰ ਚੱਲਿਆ। ਆਹ ਲਾਸਟ ਬਟ ਨੋਟ ਦਾ ਲਿਸਟ ਚੱਲ ਰਿਹਾ ਬੰਦਾ। ਚੜ੍ਹਦੀ ਕਲਾ ਨਾਲ ਕਵੀ ਦਰਬਾਰ ਚੱਲਿਆ ਕਵੀ ਸਹਿਬਾਨ ਨੇ ਹਾਜ਼ਰੀ ਲਗਵਾਈ ਸੋਹਣੀ ਕਈਆਂ ਜੋਸ਼ ਤੇ ਕਈਆਂ ਨੇ ਹੋਸ਼ ਅੰਦਰ ਆ ਕਵਿਤਾ ਰੂਹ ਦੇ ਨਾਲ ਸੁਣਾਈ ਸੋਹਣੀ ਕਈ ਕਵੀਆਂ ਸੰਗੀਤਮਈ ਗਲੇ ਰਾਹੀਂ ਆ ਕਵਿਤਾ ਵਿੱਚ ਤਰਨਮ ਦੇ ਗਾਈ ਸੋਹਣੀ ਸਤਿਕਾਰਯੋਗ ਸਰਦਾਰ ਸ਼ਲਿੰਦਰਜੀਤ ਸਿੰਘ ਰਾਜਨ ਸੋਹਣੀ ਤਰ੍ਹਾਂ ਸਟੇਜ ਚੜਾਈ ਸੋਹਣੀ ਸਤਿਕਾਰਯੋਗ ਸਰਦਾਰ ਸ਼ਲਿੰਦਰਜੀਤ ਸਿੰਘ ਰਾਜਨ ਤੇ ਸੋਹਣੀ ਤਰ੍ਹਾਂ ਸਟੇਜ ਚੜਾਈ ਸੋਹਣੀ। ਤੇ ਸੋਸ਼ਲ ਮੀਡੀਆ ਤੇ ਆਪਾਂ ਸਦਾ ਮਿਲਦੇ ਸੋਸ਼ਲ ਮੀਡੀਆ ਤੇ ਆਪਾਂ ਸਦਾ ਮਿਲਦੇ ਜਾਚਕ ਸਦਾ ਹੀ ਤੁਸਾਂ ਨੂੰ ਯਾਦ ਕਰਦਾ ਔਰ ਦਿੱਤਾ ਮਾਣ ਸਨਮਾਨ ਹੈ ਸਾਰਿਆਂ ਨੇ ਜਾਚਕ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਮਾਣ ਸਨਮਾਨ ਹੈ ਸਾਰਿਆਂ ਨੇ ਜਾਚਕ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ। ਇੱਕ ਬੇਨਤੀ ਲਾਸਟ ਕਰਦਿਆਂ ਸਾਰਿਆਂ ਨੂੰ
ਇਹ ਕਲਮਾਂ ਗੁਰੂ ਮਹਾਰਾਜ ਦੀਆਂ ਬਖਸ਼ਿਸ਼ ਨੇ, ਕਦੀ ਮਾਨ ਨਾ ਕਰਿਆ ਜੇ ਮੈਂ ਬਹੁਤ ਵੱਡਾ ਕਵੀ। ਜਿੰਨਾ ਵੱਧ ਤੋਂ ਵੱਧ ਦੁਨੀਆਂ ਚ ਮਾਨ ਮਿਲੇ ਓਨੇ ਓਨੇ ਆਪਾਂ ਨਿਮਾਣੇ ਹੁੰਦੇ ਜਾਣਾਂਗੇ। ਪਾਤਸ਼ਾਹ ਦੀਆਂ ਬਖਸ਼ਿਸ਼ਾਂ ਨੇ, ਇੱਕ ਗੱਲ ਸੁਣ ਲਓ, ਆਪਾਂ ਕੱਖ ਨੀ ਜੇ ਵਾਹਿਗੁਰੂ ਤੋਂ ਬਿਨਾਂ। ਅਸੀਂ ਪੁਤਲੇ ਹਾਂ ਬਸ ਮਿੱਟੀ ਦੇ, ਕੋਈ ਕਾਲੀ ਦੇ ਕੋਈ ਚਿੱਟੀ ਦੇ, ਬਸ। ਤੇ ਇਸ ਲਈ ਜਿੰਨੀ ਬਖਸ਼ਿਸ਼ ਹੁੰਦੀ ਚਾਹੇ ਦਾਤੇ ਦਾ ਸ਼ੁਕਰਾਨਾ ਕਰਿਆ ਕਰੋ। ਇੱਕ ਬੰਦ ਕਹਿ ਕੇ ਥਾਂ ਲੈ ਰਿਹਾ, ਦੁਨਿਆਵੀ ਦਾਤਾਂ ਕਾਰਾਂ ਕੋਠੀਆਂ ਮਹਿਲ ਮਾੜੀਆਂ ਜ਼ਮੀਨਾਂ ਮੇਰੀ ਮੇਰੀ ਕਰਨਾ ਛੱਡ ਦਿਓ, ਸ਼ੁਕਰ ਹੈ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰ ਹੈ। ਇਹ ਦਾਤਾਂ ਦਿੱਤੀਆਂ ਦਾਤੇ ਨੇ ਅਸਾਂ ਤਾਈਂ, ਦੁਨਿਆਵੀ ਦਾਤਾਂ ਦਾਤਾਂ ਦਿੱਤੀਆਂ ਦਾਤੇ ਨੇ ਅਸਾਂ ਤਾਈਂ, ਇਹ ਸਭ ਦਾਤੇ ਦੀਆਂ ਜ਼ਿਆਦਾ ਨਿਸ਼ਾਨੀਆਂ ਨੇ। ਪਰ ਦਾਤਾ ਭੁੱਲ ਕੇ ਦਾਤਾਂ ਨਾਲ ਮੋਹ ਪਾਇਆ, ਭਾਵੇਂ ਪਤਾ ਕਿ ਬੇਗਾਨੀਆਂ ਨੇ, ਦਾਤਾ ਭੁੱਲ ਕੇ ਦਾਤਾ ਨਾਲ ਮੋਹ ਪਾਇਆ ਭਾਵੇਂ ਪਤਾ ਕਿ ਬੇਗਾਨੀਆਂ ਨੇ। ਉਹ ਪਰਾਂ ਵਿੱਚ ਹੀ ਵਾਪਸ ਵੀ ਲੈ ਸਕਦਾ, ਇੱਕ ਪੀਣਾ ਦੇ ਦਸ ਪੀਰ ਲੈ, ਪਰਾਂ ਵਿੱਚ ਹੀ ਵਾਪਸ ਵੀ ਲੈ ਸਕਦਾ। ਸਮਝੋ ਲਾਭ ਦੀ ਥਾਂ ਫਿਰ ਹਾਨੀਆਂ ਨੇ। ਦਾਤਾ ਮਾਣੋ ਪਰ ਦਾਤਾ ਵੀ ਯਾਦ ਰੱਖੋ, ਸਭ ਦਾਤੇ ਦੀਆਂ ਮਿਹਰਬਾਨੀਆਂ ਨੇ। ਦਾਤਾ ਮਾਣੋ ਪਰ ਦਾਤਾ ਵੀ ਯਾਦ ਰੱਖੋ, ਇਹ ਸਭ ਦਾਤੇ ਦੀਆਂ ਮਿਹਰਬਾਨੀਆਂ ਨੇ, ਇਹ ਸਭ ਦਾਤੇ ਦੀਆਂ ਮਿਹਰਬਾਨੀਆਂ ਨੇ। ਗੱਜ ਕੇ ਫਤਿਹ ਬੁਲਾਓ ਜੀਓ। ਹਾਂ